स्वागत है किसान वीरो तुहाडा सिद कडेरी फार्मिंग दे विच। किसान वीरो अज जिहड़ी वीडियो बना रहे हैं पिंड बरगाड़ी जैतो तहसील ते फरीदकोट जिला ते ए ओ घर आ दोस्तों जिथे हफ्ते दियां दो दो वीडियो भी जिहड़े घर चो बनाईआं कट्टियां ते झोटियां असर जां असर गब्बण आउंदियां रहीआं। तो मैं जो वीडियो बनाऊंदा सीगा उदों सिर्फ एक मोटीवेशन वास्ते मैं गल ऐड कर दिंदा सी वी भाई जी होरी लोहार दे काम तो आपदा किते नूं समझदे होया क्योंकि लोहार दा काम अज दे टाइम च काफ़ी घट गया खेतीबाड़ी दे संद उदां दे आ गए उहदे करके इन्हां ने आपदे किते नूं बदलिया इन्हां ने व्यापार दा काम शुरू किया शुरुआत की कट्टियां झोटियां तो हौली हौली हुण जिहड़ा मूव हो रहे आ तोकड़ गब्बण मझां वाले पासे नूं एक सीखण की लड़ है इन्हों तो दोस्तों जो मैं लगा भी एक स्टैप कट्टियां झोटियां तो शुरू करके छोटिया कट्टियां तो फिर चंगिया झोटियां खरीदिया तो हुण तोकड़ गब्बण मझां इन्हों को आने लगियां। वादा थोड़े नाल जे इन्हों परिवारों के नाल जुड़े रहे तो आने वाले साल के दोस्तों थोनों इन्हों को सज्जर मझां भी दिखाया करूँगा। तो जो झोटियां खरीदते उदों भी मैं गल ऐड करता हूँ सी भी इन्हों को पशु सनखे आते हैं तो हुण जे तोकड़ गब्बण मझां आने लगियां तो भी थोनों पसंद आने वाली। अज दो मझां दसो तोकड़ गब्बण जी दे चिक मझ मुरा नसल दे विच जैड ब्लैक दूजी मझ बाटी बांतर नूं देखदे आ थोड़ी ग्रेडड लगती है सिंगा वालों वैसे जे आपां रंग रूप देखदे आ तो नीली वाला पिछलियां पिछले पैर चिट्टे पूछ वाइट अखां सामने थोड़े मत्थे जिवें बल हैगा। सो इन्हां दोवां बारे डिटेल पुछदे आ नाल ही थोनों तोड़ के दिखावांगे रेट वीडियो च हुंदे आ थोनों पशु जिहड़ा पसंद आवे तुसीं उही खरीदना। सत श्री अकाल भाई। सत श्री अकाल जी। ਕੱਟੀਆਂ ਝੋਟੀਆਂ ਹੁਣ ਫਿਰ ਘਟਾਵਾਂਗੇ ਕੁਛ ਮੱਝਾਂ ਵਾਲੇ ਪਾਸੇ ਧਿਆਨ ਦਿੱਤਾ। ਹਾਂਜੀ ਹਾਂਜੀ ਉਹ ਆਇਆ ਕਰਨਗੀਆਂ ਝੋਟੀਆਂ ਵੀ ਹਨਾ। ਹਾਂ ਫਿਰ ਲਈਆਂ ਹੈਗੇ ਹੁਣ ਤਾਂ ਜ਼ਿਆਦਾ ਤੋਕੜ ਗੱਬੜ ਹੀ ਲਿਆ ਕਰਾਂਗੇ ਜ਼ਿਆਦਾ ਤੋਕੜ ਗੱਬਣ ਹੀ ਲਾਂਗੇ ਜੀ ਜਿਹੜੀ ਪਹਿਲੇ ਨੰਬਰ ਤੇ ਤੇਰੇ ਵਾਲੇ ਪਾਸੇ ਖੜੀ ਹੈ ਕਿੰਨਵਾਂ ਸੂਆ ਸੂਗੀ ਇਹ ਤੀਜਾ ਸੂਆ ਸੋਣਾ ਜੀ ਇਹਨੇ ਕਿੰਨੇ ਚਿਰ ਦੀ ਗੱਬਣ ਹੈ ਇਹ 6 ਮਹੀਨੇ ਦੀ ਗੱਬਣ ਹੈ ਚੈੱਕ ਪਾਸ ਹੋਈ ਚੈੱਕ ਪਾਸ ਕੋਈ ਵੀ ਕਰਾ ਸਕਦਾ ਜੀ ਆਪਦਾ ਡਾਕਟਰ ਲਿਆ ਕੇ ਠੀਕ ਹੈ ਦੁੱਧ ਹੁਣ ਦਿੰਦੀ ਹੈ ਜਾਂ ਡਰਾਈ ਹੈ ਦੁੱਧੋਂ ਦਾ ਡਰਾਈ ਹੈ ਜੀ ਆਪਣੇ ਕੋਲ ਦਿੰਦੀ ਸੀ 2 ਕਿਲੋ ਠੀਕ ਹੈ ਹਾਂ ਆਪਣੇ ਕੋਲ ਮਿਲੀ ਥਣ ਪਾਸ ਕਰਾਉਗੀ ਥਣ ਪਾਸ ਕਰਾ ਦੂ ਹਾਂਜੀ 6 ਦੀ ਹੋ ਗਈ 7ਵਾਂ ਚੱਲੀ ਜਾਂਦਾ ਹਾਂ ਹਾਂ 7ਵਾਂ ਮਿਲੀ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 65,000 ਹੈ ਜੀ ਖੋਲੀ ਇਹਨੂੰ ਦੋਸਤੋ ਬਹੁਤ ਸੋਹਣੀ ਮੱਝ ਹੈ ਕੱਦ ਕਾਫੀ ਹੈ ਤੁਸੀਂ ਇਹਦਾ ਕੱਦ ਦਾ ਅੰਦਾਜ਼ਾ ਲਾ ਲਓ ਜੇ ਖੁਰਲੀ ਇਹਨਾਂ ਦੀ ਲਗਭਗ 3 ਫੁੱਟ ਦੇ ਆਸ ਪਾਸ ਹੈ ਉਦੋਂ ਉੱਚੀ ਹੈ ਵੇਲ ਚੰਗੀ ਹੈ ਤੀਜਾ ਸੂਆ ਝੋਟੀ ਮੰਨ ਲਓ ਇਹਨੂੰ ਮੱਝਾਂ ਵਾਲੀ ਗੱਲ ਨਹੀਂ ਹੈ ਜੈੱਡ ਬਲੈਕ ਆ ਪੂਛ 'ਚ ਕੋਈ ਵਾਲ ਚਿੱਟਾ ਨਹੀਂ 6 ਮਹੀਨਿਆਂ ਤੋਂ ਉੱਤੇ ਜਿਹੜਾ ਹੋ ਗੱਬਣ ਹੋ ਚੱਲੀ 6 ਦੀ ਗੱਬਣ ਆ 7ਵਾਂ ਲੱਗ ਗਿਆ ਸੋ ਜਿਹਨੂੰ ਪਸੰਦ ਆਵੇ ਦੋਸਤੋ ਤਾਂ ਤੁਸੀਂ ਇੱਕ ਤੋਕੜ ਗੱਬਣ ਮੱਝ ਖਰੀਦ ਸਕਦੇ ਹੋ 4 ਮਹੀਨੇ ਸਾਂਭਣ ਦੀ ਲੋੜ ਹੈ ਦੁੱਧ ਵੀ ਤੁਹਾਡੇ ਕੋਲ ਦੇਊਗੀ ਅਤੇ ਅੱਗੇ ਜਾ ਕੇ ਅਮਾਊਂਟ ਦੇ ਵਿੱਚ ਵੀ ਵਾਧਾ ਰਕਮ ਦੇ ਵਿੱਚ ਵੀ ਵਾਧਾ ਕਰੂਗੀ ਥਣ ਸੋਹਣੇ ਆ ਤੁਹਾਨੂੰ ਥੋੜ੍ਹਾ ਨੇੜੇ ਤੋਂ ਦਿਖਾ ਦਿੰਦਾ ਥੋੜ੍ਹਾ ਜਿਹਾ ਇਹ ਮੈਨੂੰ ਲੱਗਾ ਜਿਵੇਂ ਮੇਰੇ ਤੋਂ ਡਰਦੀ ਹੁੰਦੀ ਹੈ ਹਵਾਨਾ ਦੱਸੋ ਹੁਣ ਹੀ ਡਰਾਈ ਹੋਈ ਹੈ ਹਰਾ ਹਵਾਨਾ ਹਜੇ ਦਿਸਦਾ ਥਣਾਂ 'ਚ ਦੁੱਧ ਅਜੇ ਹੈਗਾ ਥਣ ਪਾਸ ਹੋ ਜਾਣਗੇ ਇਹਦੋਂ ਅੱਗੇ ਇੱਕ ਬਹੁਤ ਸੋਹਣੀ ਮੱਝ ਹੈ ਦੋਸਤੋ ਇਹਦੀ ਬਾਡੀ ਬਣਤਰ ਬਹੁਤ ਚੰਗੀ ਹੈ ਭਾਰੀ ਮੱਝ ਪੁੰਨੂ ਬਾਈ 9ਵਾਂ ਸੂਆ ਸੂਰ ਜੀ ਇਹਦੀ ਤੀਜਾ ਸੂਆ ਹੀ ਸੋਹਣਾ ਜੀ ਇਹਨੇ ਠੀਕ ਹੈ ਇਹਦਾ ਕਿੰਨੇ ਚਿਰ ਦੀ ਗੱਬਣ ਹੈ ਇਹ 7 ਮਹੀਨੇ ਦੀ ਗੱਬਣ ਹੈ ਚੈੱਕ ਪਾਸ ਹੈ ਹਾਂ ਚੈੱਕ ਪਾਸ ਹੈ 8ਵਾਂ ਚੱਲ ਪਿਆ ਨਹੀਂ 8ਵਾਂ ਲੱਗ ਜੂਗਾ ਜੀ 5-7 ਦਿਨਾਂ ਤੱਕ 5-7 ਦਿਨਾਂ 'ਚ 8ਵਾਂ ਲੱਗ ਜੂਗਾ ਅੱਛਾ ਹੁਣ ਦੁੱਧ ਦਿੰਦੀ ਹੈ ਜਾਂ ਡਰਾਈ ਹੈ ਇਹ ਦਿੰਦੀ ਹੈ ਜੀ ਇੱਕ ਟਾਈਮ ਹੀ ਮਿਲਦੀ ਹੈ ਤੜਕੇ ਕਿੰਨਾ ਦੁੱਧ 2 ਕਿਲੋ ਦੁੱਧ ਦਿੰਦੀ ਹੈ 2.5 ਕਿਲੋ ਦੁੱਧ ਦੇ ਦਿੰਦੀ ਹੈ ਅੱਛਾ ਤਾਜ਼ੀ ਦਾ ਦੁੱਧ ਇਹਦਾ ਕਿੰਨਾ ਕੁ ਦੱਸਿਆ ਮਾਲਕ ਨੇ ਤਾਜ਼ੀ ਦਾ ਹੈਗਾ ਜੀ 16-17 ਲੀਟਰ 16-17 ਲੀਟਰ ਠੀਕ ਹੈ ਦੋਸਤੋ ਇਹ ਮੱਝ ਤੁਹਾਨੂੰ ਮੈਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰ ਕਿਉਂਕਿ ਜੋ ਚੀਜ਼ ਚੰਗੀ ਲੱਗਦੀ ਉਹ ਦਿਖਾਉਣੀ ਵੀ ਚਾਹੀਦੀ ਹੈ ਇਹਦੇ ਹਵਾਨੇ ਦੇ ਅੱਗੇ ਹਜੇ ਵੀ ਤੁਸੀਂ ਦੇਖੋ ਦੋਨਾਂ ਸਾਈਡ ਤੋਂ ਮਿਲਕਵੇਨ ਹੈ ਪਰਲੇ ਪਾਸੇ ਤੋਂ ਵੀ ਸੇਮ ਔਰਲੇ ਪਾਸੇ ਤੋਂ ਵੀ ਸੇਮ ਜਿਹੜਾ ਹਵਾਨੇ ਦੇ ਬਿਲਕੁਲ ਮੁੱਢ 'ਚ ਰੁਕਦੀ ਆ ਕੇ ਬਾਡੀ ਬਣਤਰ ਚੰਗੀ ਹੈ ਰੇਟ ਪੁੰਨੂ ਬਾਈ ਇਹਦਾ ਕੀ ਰੱਖਿਆ ਰੇਟ ਇਹਦਾ 75,000 ਹੈ ਖੋਲੀ ਇਹਨੂੰ ਇਹਦਾ ਰੇਟ 75,000 ਤੇ 2.5 ਕਿਲੋ ਦੁੱਧ ਇਹ ਦੇ ਰਹੀ ਆ 5 ਕੁ ਦਿਨਾਂ 'ਚ ਇਹਨੂੰ 8ਵਾਂ ਮਹੀਨਾ ਲੱਗ ਜਾਣਾ ਇਹਦਾ ਮਤਲਬ ਦੁੱਧ ਵੀ ਇਸ ਮੱਝ ਨੇ ਲੰਬਾ ਟਾਈਮ ਪਿਆ ਅੱਜ ਵੀ 2.5 ਕਿਲੋ ਪਰ ਹੁਣ ਇਹ ਟਾਈਮ ਆ ਗਿਆ ਵੀ ਇਹਨੂੰ ਡਰਾਈ ਕਰ ਦੇਣਾ ਚਾਹੀਦਾ ਸੋ ਬਾਡੀ ਦੋਸਤੋ ਮੱਝ ਦੀ ਇਹਦੀ ਵੀ ਤੁਹਾਨੂੰ ਪਸੰਦ ਆਊਗੀ ਇਹਦਾ ਰੇਟ ਬਾਈ ਨੇ 75,000 ਰੱਖਿਆ ਤੇ ਇਹ 75 ਦੇ ਰੇਟ ਦੇ ਹਿਸਾਬ ਤੇ ਜੱਚਦੀ ਵੀ ਹੈ ਕਿਉਂਕਿ ਚੰਗੇ ਕੱਦ ਦੀ ਚੰਗੇ ਵਜ਼ਨ ਦੀ ਇਹ ਮੱਝ ਪਿੱਠ ਕੁੜੇ ਦੀ ਫੁੱਲ ਖੁੱਲੀ ਹੈ ਚੜਾਈ ਤੁਸੀਂ ਦੇਖ ਲਓ ਤੇ ਸੰਭੀ ਵੀ ਬਹੁਤ ਸੋਹਣੀ ਇਹਨੂੰ ਬਸ ਜਿਹੜਾ ਵੀਰ ਖਰੀਦੂਗਾ ਹੁਣ ਡਰਾਈ ਫੀਡ ਤੇ ਚੱਲੂਗੀ ਤੇ ਮਹੀਨਾ ਪਹਿਲਾਂ ਨੂੰ ਟ੍ਰਾਂਜੀਸ਼ਨ ਫੀਡ ਕਿਸੇ ਵੀ ਕੰਪਨੀ ਦੀ ਸ਼ੁਰੂ ਹੋ ਜੂਗੀ ਦੁੱਧ ਚੰਗਾ ਪਾਊਗੀ ਸੋਹਣਾ ਹਵਾਨਾ ਕੱਢੂ ਅੱਜ ਵੀ ਹਵਾਨਾ ਸੋਹਣਾ
दुध सुबह के टाइम 2.5 किलो दिंदी है। सो दोस्तो अज की इस वीडियो दे विच ये दो नग वीर कोल विक्री वाले सी, उम्मीद है थोनू इन्हां दोनों मझां दे विचों एक अद्धा नग जरूर पसंद आऊ जिहड़ा तुसीं खरीदोगे। धन्नवाद, मेहरबानी।